ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਵਿੱਚ ਗੇਟ ਰੈਲੀਆਂ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੇ ਲਗਭਗ 18 ਡੀਪੂਆਂ ਦੇ ਵਿੱਚ ਇਹ ਰੈਲੀ ਕੀਤੀ ਗਈ। ਇਸ ਦੌਰਾਨ ਠੇਕਾ ਸੰਘਰਸ਼ ਮੋਰਚਾ ਵੱਲੋਂ ਵੀ ਪੰਜਾਬ ਰੋਡਵੇਜ਼ ਕੱਚੇ ਮੁਲਾਜ਼ਮਾਂ ਨੂੰ ਸਮਰਥਨ ਦਿੱਤਾ ਗਿਆ। ਪੰਜਾਬ ਰੋਡਵੇਜ਼ ਲੁਧਿਆਣਾ ਡੀਪੂ ਯੂਨੀਅਨ ਦੇ ਜਨਰਲ ਸਕੱਤਰ ਭਗਤ ਸਿੰਘ ਭਗਤਾ ਨੇ ਕਿਹਾ ਕਿ 2 ਅਗਸਤ ਤੋਂ ਪੰਜਾਬ ਦੇ ਮੁੱਖ ਡੀਪੂ ਜਿਵੇਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 14, 15, 16 ਅਗਸਤ ਨੂੰ ਪੰਜਾਬ ਦੇ ਵਿੱਚ ਜਿੱਥੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿਰੰਗਾ ਲਹਿਰਾਉਣਗੇ ਉੱਥੇ ਉਹ ਉਹਨਾਂ ਦਾ ਘਿਰਾਓ ਕਰਨਗੇ। ਉਹਨਾਂ ਨਾਲ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਕੱਚੇ ਮੁਲਾਜ਼ਮਾਂ ਨੂੰ ਸਮਰਥਨ ਦੇਣ ਕਿਉਂਕਿ ਲੱਖਾਂ ਵਿਦਿਆਰਥੀ ਅਤੇ ਮੁਲਾਜ਼ਮ ਇਹਨਾਂ ਬੱਸਾਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਹਨ। ਹਾਂਜੀ ਭਾਅ ਜੀ, ਅੱਜ ਗੇਟ ਰੈਲੀ ਕੀਤੀ ਗਈ ਹੈ, ਕੀ ਮੰਤਵ ਸੀਗਾ ਮੇਨ? ਅੱਜ ਪੰਜਾਬ ਰੋਡਵੇਜ਼ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਸੱਦੇ 'ਤੇ ਪੰਜਾਬ ਦੇ 18 ਡੀਪੂਆਂ ਦੇ ਵਿੱਚ ਜੋ ਭਰਮੀਆਂ ਗੇਟ ਰੈਲੀਆਂ ਕੀਤੀਆਂ ਗਈਆਂ ਨੇ, ਉਹ ਗੇਟ ਰੈਲੀਆਂ ਕਰਨ ਦਾ ਕਾਰਨ ਆਉਣ ਵਾਲੀ 2 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ 3 ਮੇਨ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਦੇ ਅਤੇ ਪੰਜਾਬ ਰੋਡਵੇਜ਼ ਦੀ ਭ੍ਰਿਸ਼ਟ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਔਰ ਆਉਣ ਵਾਲੀ 14, 15, 16 ਅਗਸਤ ਨੂੰ ਪਨ ਬੱਸ ਦੀ ਮੁਕੰਮਲ ਹੜਤਾਲ ਕੀਤੀ ਜਾਊਗੀ। ਪੰਜਾਬ ਰੋਡਵੇਜ਼ ਅਤੇ ਪਨ ਬੱਸ ਦੀ 1600 ਜੋ ਬੱਸ ਆ ਉਹ ਮੁਕੰਮਲ ਹੜਤਾਲ 'ਤੇ ਰਹੂਗੀ, ਚੱਕਾ ਜਾਮ ਰਹੂਗਾ। ਇਹਦਾ ਕਰਨ ਦਾ ਕਾਰਨ ਇਹ ਹੈ ਵੀ 15 ਅਗਸਤ ਸਾਡੀ ਆਜ਼ਾਦੀ ਦੀ ਪ੍ਰਤੀਕ ਆ, ਵੀ ਅਸੀਂ ਆਜ਼ਾਦ ਹੋ ਗਏ, ਪਰ ਪੰਜਾਬ ਦਾ ਸਮੁੱਚਾ ਕੰਮ ਆ, ਚਾਹੇ ਉਹ ਪਨ ਬੱਸ ਦੇ ਵਿੱਚ ਹੋਵੇ, ਚਾਹੇ ਹੋਰ ਵਿਭਾਗਾਂ ਦੇ ਵਿੱਚ ਹੋਵੇ, ਅਸੀਂ ਹਜੇ ਤਾਂ ਗੁਲਾਮ ਦੇ ਗੁਲਾਮ ਹੀ ਆ। ਸਾਨੂੰ ਆਜ਼ਾਦੀ ਨਹੀਂ ਮਿਲੀ, ਸਾਡੀ ਜੋ ਗੁਲਾਮੀ ਆ ਉਹ ਕਿਤੇ ਠੇਕੇਦਾਰ ਤੋਂ, ਕਿਤੇ ਸੁਸਾਇਟੀਆਂ ਤੋਂ ਅਤੇ ਕਿਤੇ ਕੰਟਰੈਕਟ 'ਤੇ, ਜੋ ਸਾਨੂੰ ਗੁਲਾਮ ਕਰਕੇ ਰੱਖਿਆ ਗਿਆ। ਅਸੀਂ ਮੁੱਖ ਮੰਤਰੀ ਪੰਜਾਬ ਤੋਂ 15 ਅਗਸਤ ਨੂੰ ਸਾਰੇ ਪੰਜਾਬ ਦੇ ਇਕੱਠੇ ਹੋ ਕੇ ਕੱਚੇ ਮੁਲਾਜ਼ਮ ਅਤੇ ਪੰਜਾਬ ਰੋਡਵੇਜ਼ ਪਨ ਬੱਸ ਦੀ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਤੋਂ ਆਪਣੀ ਆਜ਼ਾਦੀ ਦੀ, ਜੋ ਆਜ਼ਾਦੀ ਮੰਗਾਂਗੇ ਜਿੰਨੇ ਮੁਲਾਜ਼ਮਾਂ ਦੀ, ਵੀ ਸਾਨੂੰ ਆਜ਼ਾਦੀ ਦਿੱਤੀ ਜਾਵੇ। ਹਾਂਜੀ ਭਾਅ ਜੀ, ਕੀ ਨਾਮ ਆਪਣਾ? ਮੇਰਾ ਨਾਮ ਕੁਲਦੀਪ ਸਿੰਘ ਬੁੱਢੇਵਾਲਾ। ਅੱਜ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬਿੰਦਰ ਹੇਠ ਪਨ ਬੱਸ ਜੋ ਕੱਚੇ ਕਾਮਿਆਂ ਦਾ ਗੇਟ ਰੈਲੀ ਉਹਦੇ ਵਿੱਚ ਸਮਰਥਨ ਕੀਤਾ, ਕਿਉਂਕਿ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਕੱਲ੍ਹ ਮੀਟਿੰਗ ਕੀਤੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਝੰਡਾ ਲਹਿਰਾਊ ਉਹਦਾ ਅਸੀਂ ਵਿਰੋਧ ਕਰਾਂਗੇ ਕਾਲੇ ਚੋਲੇ ਪਾ ਕੇ। ਉਸ ਤੋਂ ਪਹਿਲਾਂ ਜਿਹੜੀ ਸਬ ਕਮੇਟੀ ਬਣੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ, ਉਸ ਨੂੰ ਵੀ ਅਸੀਂ ਨੋਟਿਸ ਕੱਢਾਂਗੇ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ। ਟੋਟਲ ਪੰਜਾਬ ਦੀਆਂ 25 ਜਥੇਬੰਦੀਆਂ ਇਕੱਠੀਆਂ ਹੋ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੰਡਾ ਲਹਿਰਾਉਣ ਤੋਂ ਪਹਿਲਾਂ ਕਾਲੇ ਚੋਲੇ ਪਾ ਕੇ ਉਹਦਾ ਵਿਰੋਧ ਕਰਾਂਗੇ।